ਮੀਨਿੰਗ ਹੈ ਮੇਰੇ ਲਈ ਹੈ। ਹਾਂਜੀ 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 ਬਿਲਕੁਲ ਸਭ ਤੁਹਾਡੇ ਲਈ ਹੈ ਛੋਟਾ ਜਿਹਾ ਤੋਹਫਾ ਤੁਹਾਡੀ ਮੁਹੱਬਤ ਤੋਂ। ਅਸੀਂ ਵਾਹਗਾ ਬਾਰਡਰ 'ਤੇ ਔਰ ਇੱਥੇ ਖਾਸ ਪ੍ਰਾਹੁਣੇ ਨਾਲ ਤੁਹਾਨੂੰ ਮਿਲਾਵਾਂਗੇ। ਇਸ ਪ੍ਰਾਹੁਣੇ ਦੇ ਆਉਣ ਦਾ ਕਾਰਨ ਜਾਣ ਕੇ ਯਕੀਨਨ ਜਿੱਥੇ ਸਾਨੂੰ ਖੁਸ਼ੀ ਹੋਈ ਹੈ ਉੱਥੇ ਤੁਹਾਨੂੰ ਵੀ ਖੁਸ਼ੀ ਹੋਏਗੀ। ਇਹ ਹਨ ਕੁਲਵਿੰਦਰ ਸਿੰਘ, ਔਰ ਰਹਿੰਦੇ ਆ ਕੈਨੇਡਾ, ਇਹ ਇੰਡੀਅਨ ਪੰਜਾਬ ਆਏ ਹੋਏ ਹਨ। ਲੇਕਿਨ ਜਿਵੇਂ ਹੀ ਇਹਨਾਂ ਨੂੰ ਪਤਾ ਚੱਲਿਆ ਕਿ ਸਾਡੇ ਲਹਿੰਦੇ ਪੰਜਾਬ ਦੇ ਲੋਕ ਇਸ ਟਾਈਮ ਮੁਸੀਬਤ ਦੇ ਵਿੱਚ ਹਨ, ਸੈਲਾਬ ਦੇ ਵਿੱਚ ਡੁੱਬੇ ਹੋਏ ਹਨ, ਘਰੋਂ ਬੇਘਰ ਹੋਏ ਹੋਏ ਹਨ, ਰਹਿਣ ਵਾਸਤੇ ਛੱਤ ਨਹੀਂ ਔਰ ਖਾਣ ਵਾਸਤੇ ਰਾਸ਼ਨ ਨਹੀਂ ਹੈ। ਸੋ ਇਹਨਾਂ ਨੇ ਵੇਖਿਆ ਪੰਜਾਬੀ ਪ੍ਰਚਾਰ ਨੂੰ, ਰਿਲੀਫ ਕੈਂਪ ਜਿਹੜੇ ਲਾ ਰਹੇ ਹਾਂ, ਇਹਨਾਂ ਨੇ ਇੱਕ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਇਹਨਾਂ ਨੇ ਗੁਰਪੁਰਬ 'ਤੇ ਆਉਣਾ ਸੀ, 2 ਮਹੀਨੇ ਬਾਅਦ ਆਉਣਾ ਸੀ, ਲੇਕਿਨ ਜੋ ਕਿ ਇਹਨਾਂ ਦਾ ਵੀਜ਼ਾ ਆਲਰੇਡੀ ਉਹ ਲੱਗਿਆ ਹੋਇਆ ਸੀ। ਸੋ ਇਹਨਾਂ ਨੇ ਫੈਸਲਾ ਕੀਤਾ ਕਿ ਮੈਂ ਹੁਣੇ ਹੀ ਜਾਵਾਂਗਾ, ਆਪਣੇ ਉਹਨਾਂ ਭੈਣਾਂ ਭਰਾਵਾਂ ਦੇ ਨਾਲ ਖੜ੍ਹਾ ਹੋਵਾਂਗਾ, ਮੈਂ ਉਹਨਾਂ ਦੀ ਹੈਲਪ ਕਰਾਂਗਾ, ਮੈਂ ਉਹਨਾਂ ਦੀ ਸੇਵਾ ਕਰਾਂਗਾ। ਸੋ ਅੱਜ ਤੁਹਾਨੂੰ ਉਸ ਸ਼ਖਸੀਅਤ ਦੇ ਨਾਲ ਅਸੀਂ ਮਿਲਾਵਾਂਗੇ ਜਿਹੜੇ ਅੱਜ ਵਾਹਗਾ ਟੱਪੇ ਹਨ, ਔਰ ਅੱਗੇ ਉਹਨਾਂ ਦਾ ਇੱਥੇ ਪਲੈਨ ਕੀ ਹੈ ਇਹ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਕੇ ਸੁਣਾਵਾਂਗੇ। ਲੇਕਿਨ ਖੁਸ਼ੀ ਹੈ, ਪੂਰੇ ਵਜੂਦ ਦੇ ਵਿੱਚ ਖੁਸ਼ੀ ਭਰ ਚੁੱਕੀ ਹੈ ਕਿ ਇੱਕ ਐਸੀ ਮਿਸਾਲ ਕਾਇਮ ਕਰਨ ਇੱਕ ਐਸਾ ਸ਼ਖਸ ਆ ਰਿਹਾ ਹੈ ਜਿਹੜੀ ਪਹਿਲੇ ਅਸੀਂ ਬਹੁਤ ਘੱਟ ਵੇਖੀ। ਜੀ ਸੱਜਣੋ, ਪਹੁੰਚ ਚੁੱਕੇ ਹਾਂ ਇਸ ਟਾਈਮ ਅਸੀਂ ਫਲੈਟੀਜ਼ ਹੋਟਲ, ਤਾਂ ਮਸ਼ਹੂਰ ਹੋਟਲ ਹੈ, ਬਹੁਤ ਸਾਰੇ ਮਿੱਤਰ ਸਾਡੇ ਇੱਥੇ ਠਹਿਰ ਰਹੇ ਹਨ ਅਤੇ ਗੱਲਬਾਤ ਕਰਦੇ ਹਾਂ ਇਸ ਟਾਈਮ ਕੁਲਵਿੰਦਰ ਸਿੰਘ ਸੰਧੂ ਹੋਰਾਂ ਦੇ ਨਾਲ। ਸੰਧੂ ਜੀ, ਜੀ ਆਇਆਂ ਨੂੰ, ਤੁਹਾਨੂੰ ਲਹਿੰਦੇ ਪੰਜਾਬ, ਪਾਕਿਸਤਾਨੀ ਪੰਜਾਬ। ਜੀ ਅਹਿਮਦ ਰਾਜਾ ਬੱਟੂ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਇੰਨਾ ਪਿਆਰ ਦਿੱਤਾ ਆਉਂਦਿਆਂ ਨੂੰ, ਸੋ ਮਿਹਰਬਾਨੀ, ਥੈਂਕ ਯੂ। ਬੜਾ ਚੰਗਾ ਲੱਗ ਰਿਹਾ ਤੁਹਾਡਾ ਇੱਥੇ ਆਉਣਾ, ਅਤੇ ਕਦੋਂ ਦਾ ਪਲੈਨ ਬਣ ਰਿਹਾ ਸੀ ਜੀ? ਪਲੈਨ ਬਣਦੇ ਨੂੰ ਤਾਂ ਪੰਜਾਬੀ ਸਾਹਿਬ ਕਈ ਸਾਲ ਹੋ ਗਏ, ਕੋਈ ਲਗਭਗ 3-4 ਸਾਲ, ਜਦੋਂ ਤੋਂ ਯੂਟਿਊਬ ਸੋਸ਼ਲ ਮੀਡੀਆ 'ਤੇ ਥੋੜ੍ਹਾ ਜਿਹਾ ਇਹ ਚੀਜ਼ਾਂ ਆਉਣ ਲੱਗੀਆਂ ਕਿ ਇੱਕ ਮੁਲਕ ਦੇ ਲੋਕ ਅਤੇ ਦੂਜੇ ਮੁਲਕ ਦੇ ਲੋਕ ਇੱਕ ਦੂਜੇ ਨੂੰ ਮਤਲਬ ਮਿਲਣ ਲਈ ਉਹਨਾਂ ਦੇ ਵਿੱਚ ਤਾਂਘ ਆ, ਯੂਟਿਊਬ 'ਤੇ ਵੀਡੀਓ ਵੇਖੀਆਂ, ਅਤੇ ਉਦੋਂ ਆਪਦੇ ਅੰਦਰ ਵੀ ਇੱਕ ਤਾਂਘ ਪੈਦਾ ਹੋਈ ਵੀ ਆਪਾਂ ਵੀ ਜਿਹੜਾ ਗੁਰੂਆਂ ਦੀ ਬਾਬੇ ਨਾਨਕ ਦੀ ਧਰਤੀ ਆ ਉੱਥੇ ਜਾਈਏ ਅਤੇ ਉੱਥੇ ਦਰਸ਼ਨ ਕਰੀਏ। ਸਾਡੇ ਬਜ਼ੁਰਗ, ਸਾਡੇ ਵੱਡੇ ਇਸੇ ਧਰਤੀ ਤੋਂ ਗਏ ਉੱਧਰ, ਸੋ ਇੱਕ ਬੜੀ ਤਾਂਘ ਸੀ। ਚਰੋਕੜੀ ਏਰੀਆ ਤੋਂ ਗਏ ਸੀ ਵੱਡੇ? ਸਾਡੇ ਬਾਪੂ ਜੀ, ਮੇਰੇ ਦਾਦਾ ਜੀ, ਉਹ ਪਿੰਡ ਪਡਾਣਾ ਲਾਹੌਰ ਜ਼ਿਲ੍ਹੇ ਦੇ ਵਿੱਚ ਬਾਰਡਰ ਦੇ ਨੇੜੇ, ਹਾਂਜੀ, ਪਟਾਣਾ ਬੜਾ ਫੇਮਸ ਟਾਊਨ ਹੈ ਜੀ, ਬੜਾ ਮਸ਼ਹੂਰ ਚੱਕ ਅਗਰ ਕਹੀਏ ਅੱਜ, ਹਾਂਜੀ, ਤੇ ਉਹ ਹੈ ਖਾਸ ਕਰ ਉੱਥੋਂ ਦੀ ਸੰਧੂ ਫੈਮਿਲੀ। ਹਾਂਜੀ, ਸੰਧੂ ਪਰਿਵਾਰ ਉੱਥੇ ਜ਼ਿਆਦਾ, ਪਟਾਣੇ ਦੇ ਵਿੱਚ ਸੰਧੂ ਪਰਿਵਾਰ ਸੀ ਉਹਨਾਂ ਨੇ ਜਿਵੇਂ ਦੱਸਿਆ। ਅਤੇ ਤੁਹਾਡਾ ਸਾਨੂੰ ਜਾਣ ਕੇ ਬੜੀ ਖੁਸ਼ੀ ਹੋਈ, ਜਿਵੇਂ ਤੁਸੀਂ ਦੱਸ ਰਿਹਾ ਸੀ ਬੈਕ ਕੈਮਰਾ ਕਿ ਆਉਣ ਦਾ ਪ੍ਰੋਗਰਾਮ ਮੇਰਾ ਥੋੜ੍ਹਾ ਲੇਟ ਸੀ, ਮੈਂ ਗੁਰਪੁਰਬ 'ਤੇ ਆਉਣਾ ਚਾਹੁੰਦਾ ਸੀ, ਲੇਕਿਨ ਅਚਾਨਕ ਫਿਰ ਮੈਂ ਜਦੋਂ ਇੱਥੇ ਦੇਖਿਆ ਸੈਲਾਬ ਦੇ, ਮੈਂ ਖਬਰਾਂ ਸੁਣੀਆਂ, ਹੜ੍ਹ ਦੀਆਂ ਖਬਰਾਂ ਸੁਣੀਆਂ, ਅਤੇ ਫਿਰ ਮੈਂ ਪ੍ਰੋਗਰਾਮ ਬਣਾਇਆ, ਚੰਗਾ ਲੱਗਾ। ਅਤੇ ਅਸੀਂ ਜਾਵਾਂਗੇ, ਸਾਰੇ ਗੁਰਦੁਆਰੇ ਦੇ ਵਿੱਚ ਵੀ ਜਾਵਾਂਗੇ, ਤੁਹਾਡੇ ਨਾਲ ਵੀ ਘੁੰਮਾਂਗੇ। ਅਤੇ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਜਾਣ ਦਾ ਤੁਹਾਡਾ ਪਲੈਨ ਹੈ, ਫਿਰ ਅਸੀਂ ਅਗਲੇ ਹੜ੍ਹ ਪਾ ਲੈਂਦੇ ਹਾਂ। ਪੰਜਾਬੀ ਸਾਹਿਬ, ਪਹਿਲਾਂ ਤਾਂ ਮੇਰਾ ਜਿਹੜਾ ਪਲੈਨ ਆ ਜਾਣ ਦਾ, ਉਹ ਬਾਬੇ ਨਾਨਕ ਦਾ ਜਨਮ ਸਥਾਨ, ਉਹਨਾਂ ਦੀ ਜਨਮ ਭੂਮੀ ਸ਼੍ਰੀ ਨਨਕਾਣਾ ਸਾਹਿਬ, ਉੱਥੇ ਜਾਣ ਦਾ, ਫਿਰ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ, ਬਾਕੀ ਜਿਹੜੇ ਲਾਹੌਰ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ, ਉੱਥੇ ਸਾਰਿਆਂ 'ਤੇ, ਅਤੇ ਪੰਜਾ ਸਾਹਿਬ, ਸੋ ਇਹਨਾਂ ਸਾਰੇ ਗੁਰਦੁਆਰਿਆਂ ਜਾਣ ਦਾ ਮਤਲਬ ਮੇਰਾ ਇੱਕ ਇੱਛਾ ਵਾ, ਅਤੇ ਉਸ ਤੋਂ ਬਾਅਦ ਪਿੰਡ, ਅਤੇ ਉਸ ਤੋਂ ਬਾਅਦ ਜਿਹੜਾ ਮਤਲਬ ਕੁਦਰਤ ਨੇ ਕਹਿਰ ਘਟਾਇਆ ਬੜਾ ਬਹੁਤ ਜ਼ਿਆਦਾ,
ਲੋਕਾਂ ਤੇ ਇੱਥੇ ਤੇ ਉੱਥੇ ਵੀ ਜਾ ਕੇ ਆਵਾਂਗੇ, ਉਹਨਾਂ ਦੇ ਸ਼ਰੀਕ ਹੋਵਾਂਗੇ ਉਹਨਾਂ ਦੇ ਦੁੱਖ ਵਿੱਚ। ਖਾਸ ਤੁਸੀਂ ਇੱਕ ਜਿਹੜਾ ਤੁਹਾਡਾ ਉਚੇਚੇ ਤੌਰ ਤੇ ਇੱਥੇ ਆਏ ਉਹਦੇ ਵਿੱਚ ਇੱਕ ਇਹ ਵੀ ਚੀਜ਼ ਸ਼ਾਮਿਲ ਹੈ ਔਰ ਸਾਨੂੰ ਬੜਾ ਚੰਗਾ ਲੱਗਾ ਔਰ ਬੜਾ ਸਿਗਨੀਫਿਕੈਂਸ ਜਿਹੜੀ ਹੈ ਸਿੰਬੋਲਿਕਲੀ ਇਹਦੀ ਬੜੀ ਇੰਪੋਰਟੈਂਸ ਹੈ। ਅਸੀਂ ਅਗਰ ਦੇਖੀਏ ਤਾਂ ਕਿਸ ਤਰੀਕੇ ਦੇ ਨਾਲ ਆਉਣਾ ਇੱਕ ਨੌਜਵਾਨ ਦਾ ਔਰ ਉਹਨੇ ਕਹਿਣਾ ਕਿ ਮੈਂ ਜਿਹੜੇ ਸਾਡੇ ਭੈਣਾਂ ਭਰਾ ਹੜ੍ਹ ਦੇ ਵਿੱਚ ਡੁੱਬੇ ਹੋਏ ਨੇ, ਫਲੱਡ ਦੇ ਵਿੱਚ ਡੁੱਬੇ ਹੋਏ ਨੇ, ਬੇਘਰ ਹੋਏ ਨੇ, ਉਹਨਾਂ ਦੀ ਮੈਂ ਸਪੋਰਟ ਕਰਾਂਗਾ, ਸੇਵਾ ਨਿਭਾਵਾਂਗਾ। ਅਤੇ ਬੜੀ ਖੁਸ਼ੀ ਹੋਈ। ਅਤੇ ਇਹ ਹੁਣ ਤੁਸੀਂ ਪਹਿਲੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਜਾਣਾ ਹੈ, ਉਸ ਤੋਂ ਬਾਅਦ ਫਿਰ ਅੱਗੇ ਦਾ ਪਲੈਨ ਬਣੇਗਾ ਤੁਹਾਡਾ? ਹਾਂਜੀ ਹਾਂਜੀ, ਪਹਿਲਾਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਫਿਰ ਅੱਗੇ ਦਾ ਜਿਵੇਂ ਵੀ ਆਪਾਂ ਪਲੈਨ ਬਣਾਵਾਂਗੇ। ਅਤੇ ਫਿਰ ਕਿਵੇਂ ਦਾ ਲੱਗਿਆ ਹੈ, ਜਿਵੇਂ ਤੁਸੀਂ ਤੁਹਾਡੇ ਅੰਦਰ ਇੱਕ ਇਨਸਾਨੀਅਤ ਦਾ ਦਰਦ ਹੈ, ਇਨਸਾਨਾਂ ਦਾ ਦਰਦ ਹੈ, ਇਹ ਸੱਚਾ ਫਲਸਫਾ ਜਿਹੜਾ ਬਾਬਾ ਗੁਰੂ ਨਾਨਕ ਦਾ ਉਹ ਹੀ ਹੈ ਕਿ ਸਰਬੱਤ ਦਾ ਭਲਾ, ਸਭ ਦਾ ਭਲਾ ਜਿਹੜਾ ਚਾਹੁੰਦੇ ਹਨ। ਅਤੇ ਉਹਦੇ ਅੰਦਰ ਕੁਛ ਲੋਕ ਜਿਹੜੇ ਆ ਉਹ ਮੁਖਤਲਿਫ ਵੰਡੀਆਂ ਪਾਉਂਦੇ ਆ, ਅਤੇ ਤੁਸੀਂ ਕੀ ਕਹਿੰਦੇ ਹੋ, ਕਿਵੇਂ ਲੱਗਦਾ ਹੈ ਕਿ ਸਾਨੂੰ ਕਿੰਝ ਦਾ ਸਮਾਜ ਤਰਤੀਬ ਦੇਣਾ ਚਾਹੀਦਾ ਹੈ, ਕਿੰਝ ਲੋਕਾਂ ਨਾਲ ਰਹਿਣਾ ਚਾਹੀਦਾ? ਸਮਾਜ ਪੰਜਾਬੀ ਸਾਹਿਬ ਜਿਵੇਂ ਬਾਬੇ ਨਾਨਕ ਨੇ ਕਿਹਾ ਕਿ ਇੱਕੋ ਹੀ ਆ ਸਾਰੇ, ਸਾਰੇ ਕੋਈ ਜਾਤ ਪਾਤ ਨਹੀਂ, ਕੋਈ ਭੇਦਭਾਵ ਨਹੀਂ, ਸਾਰੇ ਜਿਹੜੇ ਹਿਊਮਨ ਬੀਂਗਸ ਆ ਉਹ ਇੱਕੋ ਹੀ ਆ। ਸੋ ਸਾਨੂੰ ਮਤਲਬ ਕੋਈ ਮੇਰੇ ਖਿਆਲ 'ਚ ਇੱਦਾਂ ਦਾ ਭੇਦਭਾਵ ਕਰਨਾ ਹੀ ਨਹੀਂ ਚਾਹੀਦਾ, ਇੱਕ ਇਨਸਾਨੀਅਤ ਦੇ ਨਾਤੇ ਧਰਮਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ। ਬਹੁਤ ਸੋਹਣੀ ਗੱਲ। ਅਤੇ ਕੀ ਸੁਣਦੇ ਹੋ ਉੱਥੇ ਬੈਠੇ ਹੋਏ? ਕੁਛ ਇੱਕ ਪ੍ਰੋਪਗੈਂਡਾ ਵੀ ਹੁੰਦਾ ਹੈ ਕਿ ਡਰ ਖੌਫ ਵੀ ਜ਼ਿਹਨਾਂ ਦੇ ਵਿੱਚ ਹੁੰਦਾ ਹੈ ਕਿ ਪਤਾ ਨਹੀਂ ਉੱਥੇ ਗਏ ਤਾਂ ਕੀ ਹੋਏਗਾ। ਅਤੇ ਲਾਹੌਰ ਜਦੋਂ ਆਏ ਅਤੇ ਫਿਰ ਇੱਥੇ ਹੁਣ ਤੁਹਾਨੂੰ ਲਾਹੌਰ ਆਇਆ ਨੂੰ ਕਿ 2-2.5 ਘੰਟੇ ਹੋ ਗਏ, ਤੁਸੀਂ ਦੇਖਿਆ ਥੋੜ੍ਹਾ ਬਹੁਤ ਲਾਹੌਰ ਆਉਂਦੇ ਹੋਏ ਵੀ, ਕਿਵੇਂ ਦਾ ਲੱਗਿਆ ਲਾਹੌਰ? ਨਹੀਂ ਦੇਖੋ ਜੀ, ਇੱਕੋ ਹੀ ਧਰਤੀ ਹੈ, ਸੋ ਉਹਦੇ 'ਚ ਮਤਲਬ ਕੋਈ ਫਰਕ ਨਹੀਂ ਹੈਗਾ। ਇੱਕੋ ਜਿਹੀ ਲੋਕ ਨੇ, ਇੱਕੋ ਜਿਹੀ ਫਸਲਾਂ, ਇੱਕੋ ਜਿਹੀ ਰੁੱਖ ਨੇ, ਇੱਕੋ ਜਿਹੀਆਂ ਮਤਲਬ ਸਾਰਾ ਕੁਛ ਇੱਕੋ ਜਿਹਾ ਹੀ ਆ, ਕੋਈ ਫਰਕ ਨਹੀਂ ਲੱਗਿਆ ਮੈਨੂੰ ਬਹੁਤਾ, ਉਵੇਂ ਦਾ ਹੀ ਲੱਗਿਆ। ਪਰ ਜਦੋਂ ਵੀ ਆਪਾਂ ਕਿਤੇ ਨਵੀਂ ਜਗ੍ਹਾ 'ਤੇ ਮਤਲਬ ਆਪਣਾ ਜਿੱਥੇ ਆਪਾਂ ਰਹਿੰਦੇ ਹਾਂ ਉੱਥੋਂ ਕਿਸੇ ਵੀ ਨਵੀਂ ਜਗ੍ਹਾ 'ਤੇ ਜਾਂਦੇ ਤਾਂ ਮਨ 'ਚ ਬਹੁਤ ਤਰ੍ਹਾਂ ਦੇ ਸ਼ੰਕੇ ਹੁੰਦੇ ਆ, ਸੋ ਅਜੇ ਤਾਂ ਆਇਆ ਮੈਂ, ਸੋ ਆਪਾਂ 2-4 ਦਿਨ ਘੁੰਮਾਂਗੇ ਤਾਂ ਫਿਰ ਸ਼ਾਇਦ ਮੈਂ ਤੁਹਾਨੂੰ ਇਸ ਗੱਲ ਦਾ ਬਿਹਤਰ ਜਵਾਬ ਦੇ ਸਕਾਂ ਵੀ ਕੀ ਫਰਕ ਲੱਗਿਆ ਮੈਨੂੰ। ਲਓ ਜੀ, ਸੰਧੂਰ ਉਹਨਾਂ ਨਾਲ ਗੱਲਬਾਤ ਜਾਰੀ ਰਹੇਗੀ ਔਰ ਇਹਨਾਂ ਦੀ ਗੱਲਬਾਤ ਜਿੱਥੇ ਜਿੱਥੇ ਜਾਣਗੇ ਉਹਨਾਂ ਦੇ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਖਾਸ ਕਰ ਜਿਹੜਾ ਇਹਨਾਂ ਦਾ ਖਾਸ ਇੱਕ ਧਾਰਮਿਕ ਹਵਾਲਾ ਹੈ ਉਸ ਦੇ ਨਾਲ ਤਾਂ ਇਹਨਾਂ ਨੇ ਮੁਖਤਲਿਫ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ ਵੀ ਹੈ, ਜਨਮ ਸਥਾਨ ਜਾਣਾ ਹੈ, ਕਰਤਾਰਪੁਰ ਜਾਣਾ ਹੈ, ਦਰਬਾਰ ਸਾਹਿਬ ਜਾਣਾ ਹੈ, ਗੁਰਦੁਆਰਾ ਡੇਰਾ ਸਾਹਿਬ ਜਾਣਾ ਹੈ, ਸੱਚਾ ਸੌਦਾ ਜਾਣਾ ਹੈ, ਉਹਦੇ ਨਾਲ ਨਾਲ ਖਾਸ ਜਿਹੜਾ ਇਹਨਾਂ ਦਾ ਇੱਕ ਪਲੈਨ ਹੈ ਉਹ ਜਿਹੜੇ ਫਲੱਡ ਅਫੈਕਟਡ ਏਰੀਆਜ਼ ਹਨ ਉਹਨਾਂ ਦੇ ਵਿੱਚ ਵੀ ਜਾਣਾ ਹੈ ਔਰ ਆਪਣੇ ਤੌਰ 'ਤੇ ਜੋ ਇਹਨਾਂ ਨੇ ਸੇਵਾ ਕਰ ਸਕਦੇ ਹਨ ਉਹਨਾਂ ਲੋਕਾਂ ਦੀ ਸੇਵਾ ਦਾ ਪਲੈਨ ਵੀ ਹੈ। ਔਰ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੂੰ ਇੱਥੇ ਦੇਖ ਕੇ ਕਿ ਇਤਨਾ ਅਹਿਸਾਸ ਇਨਸਾਨੀਅਤ ਦਾ, ਔਰ ਅਗਰ ਇਨਸਾਨੀ ਜਜ਼ਬੇ ਅਗਰ ਨਾ ਹੋਣ ਤਾਂ ਫਿਰ ਤਾਂ ਇਨਸਾਨ ਡੈੱਡ ਹੋ ਜਾਂਦਾ ਹੈ, ਮਰ ਜਾਂਦਾ ਹੈ, ਜਿੰਦਾ ਇਨਸਾਨ ਐਸਾ ਹੀ ਹੋਣਾ ਚਾਹੀਦਾ ਹੈ। ਸੋ ਇਹਨਾਂ ਨਾਲ ਗੱਲਬਾਤ ਜਾਰੀ ਰਹੇਗੀ ਮੁਖਤਲਿਫ ਥਾਵਾਂ 'ਤੇ ਜਦੋਂ ਜਾਵਾਂਗੇ, ਅਤੇ ਜੋ ਇਹ ਦੇਖਣਗੇ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਇਹਨਾਂ ਦੀ ਪੂਰੀ ਜਰਨੀ, ਤੁਸੀਂ ਪੰਜਾਬੀ ਪ੍ਰਚਾਰ ਤੋਂ ਦੇਖ ਰਹਿਣਾ। ਸੋ ਜੁੜੇ ਰਹਿਣਾ ਪੰਜਾਬੀ ਪ੍ਰਚਾਰ ਦੇ ਨਾਲ, ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਅਗਲੀ ਹੋਰ ਵੀਡੀਓ ਦੇ ਨਾਲ।